ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਸਜਾਏ ਪੰਜ ਪੈਰਿਆਂ ਵਿੱਚੋਂ ਪਹਿਲੇ ਲਾਡਲੇ ਮਹਾਨ ਗੁਰਸਿੱਖ ਭਾਈ ਦਇਆ ਸਿੰਘ ਦੇ ਨਾਮ ਤੇ 1997 ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਅਤੇ ਭਾਈ ਸਾਹਿਬ ਭਾਈ ਗੁਰਿਕਵਾਸ ਸਿੰਘ ਦੀ ਅਸੀਸ ਨਾਲ ਸਿੱਖ ਪੰਥ ਦੀ ਸਤਿਕਾਰਯੋਗ ਸ਼ਖਸੀਅਤ ਅਤੇ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਸ਼ੰਤ ਸਿੰਘ ਜੀ ਨੇ ਕੁਝ ਸਹਿਯੋਗੀਆਂ ਨਾਲ ਮਿਲ ਕੇ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਲੁਧਿਆਣਾ ਦੀ ਸਥਾਪਨਾ ਕੀਤੀ। ਭਾਈ ਗੁਰਸ਼ੰਤ ਸਿੰਘ ਜੀ ਦਾ ਸਮੁੱਚਾ ਜੀਵਨ ਹੀ ਸੇਵਾ ਸਿਮਰਨ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਸਦਕਾ ਭਾਈ ਸਾਹਿਬ ਜੀ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਰਾਹੀਂ ਸਿੱਖੀ ਅਤੇ ਧਰਮ ਦਾ ਪ੍ਰਚਾਰ ਕਰਕੇ ਸਮੂਹ ਸਿੱਖ ਸੰਗਤ ਨੂੰ ਗੁਰਬਾਣੀ ਅਤੇ ਸ਼ਬਦ ਕੀਰਤਨ ਰਾਹੀਂ ਗੁਰੂ ਚਰਨ ਨਾਲ ਜੋੜ ਰਹੇ ਨੇ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਘਰ ਘਰ ਵਿੱਚ ਪਹੁੰਚਾ ਰਹੇ ਨੇ। ਸਤਿਗੁਰੂ ਜੀ ਦੀ ਬਖਸ਼ਿਸ਼ ਅਤੇ ਸੰਗਤ ਤੋਂ ਮਿਲੇ ਵਡਮੁੱਲੇ ਸਹਿਯੋਗ ਸਦਕਾ ਭਾਈ ਗੁਰਸ਼ੰਤ ਸਿੰਘ ਜੀ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਰਾਹੀਂ ਸਮਾਜ ਭਲਾਈ ਅਤੇ ਮਨੁੱਖਤਾ ਦੀ ਭਲਾਈ ਲਈ ਅਹਿਮ ਕਾਰਜ ਕਰ ਰਹੇ ਨੇ। ਗੁਰੂ ਸਾਹਿਬ ਜੀ ਭਾਈ ਸਾਹਿਬ ਜੀ ਕੋਲੋਂ 3 ਹਸਪਤਾਲਾਂ ਅਤੇ 2 ਅਕੈਡਮੀਆਂ ਦੀ ਸੇਵਾ ਲੈ ਰਹੇ ਨੇ ਜੋ ਵੱਖੋ ਵੱਖਰੇ ਇਲਾਕਿਆਂ ਵਿੱਚ ਨੇ। ਭਾਈ ਸਾਹਿਬ ਤੇ ਉਹਨਾਂ ਦੇ ਸਹਿਯੋਗੀਆਂ ਨੇ ਸਭ ਤੋਂ ਪਹਿਲਾਂ 2004 ਵਿੱਚ 379 ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਵਿਖੇ ਭਾਈ ਦਇਆ ਸਿੰਘ ਚੈਰੀਟੇਬਲ ਹਸਪਤਾਲ ਯੂਨਿਟ ਨੰਬਰ 1 ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਭਾਈ ਸਾਹਿਬ ਨੇ 2007 ਵਿੱਚ ਦੂਸਰੇ ਹਸਪਤਾਲ ਭਾਈ ਦਇਆ ਸਿੰਘ ਜੀ ਚੈਰੀਟੇਬਲ ਯੂਨਿਟ ਨੰਬਰ 2 ਪ੍ਰੇਮ ਵਿਹਾਰ ਟਿੱਬਾ ਰੋਡ ਲੁਧਿਆਣਾ ਦੀ ਸਥਾਪਨਾ ਕੀਤੀ। ਇਹ ਇਲਾਕਾ ਜੋ ਕਿ ਮੈਡੀਕਲ ਅਤੇ ਸਿਹਤ ਸਹੂਲਤਾਂ ਤੋਂ ਸੱਖਣਾ ਸੀ, ਭਾਈ ਸਾਹਿਬ ਨੇ ਸੰਗਤ ਦੇ ਸਹਿਯੋਗ ਨਾਲ ਇਹ ਹਸਪਤਾਲ ਬਣਾ ਕੇ ਗਰੀਬ ਅਤੇ ਲੋੜਵੰਦ ਲੋਕਾਂ ਲਈ ਬਹੁਤ ਹੀ ਭਲੇ ਦਾ ਕੰਮ ਕੀਤਾ ਹੈ। ਇੱਥੇ ਹਸਪਤਾਲ ਦੇ ਨਾਲ ਹੀ ਭਾਈ ਦਇਆ ਸਿੰਘ ਜੀ ਕੰਪਿਊਟਰ ਅਕੈਡਮੀ ਅਤੇ ਭਾਈ ਦਇਆ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਵੀ ਕੀਤੀ। ਇੱਥੇ ਵਿਸ਼ੇਸ਼ ਕਰਕੇ ਨੌਜਵਾਨ ਬੱਚਿਆਂ ਨੂੰ ਗੁਰਬਾਣੀ ਕੀਰਤਨ ਅਤੇ ਕੰਪਿਊਟਰ ਦੇ ਹਰ ਤਰ੍ਹਾਂ ਦੇ ਕੋਰਸਾਂ ਦੀ ਵਿੱਦਿਆ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਸ ਸੰਸਥਾ ਵਿੱਦਿਆ ਦੇ ਖੇਤਰ ਵਿੱਚ ਦਾਖਲ ਹੋਈ। ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਮਿਹਰ ਸਦਕਾ ਭਾਈ ਦਇਆ ਸਿੰਘ ਜੀ ਆਈ ਐਂਡ ਡੈਂਟਲ ਚੈਰੀਟੇਬਲ ਹਸਪਤਾਲ ਯੂਨਿਟ ਨੰਬਰ 3 ਸਮਰਾਲਾ ਰੋਡ ਨੇੜੇ ਸਮਰਾਲਾ ਚੌਂਕ ਲੁਧਿਆਣਾ ਦੀ ਸਥਾਪਨਾ ਮਈ 2011 ਵਿੱਚ ਕੀਤੀ। ਇਹਨਾਂ 3 ਹਸਪਤਾਲਾਂ ਵਿੱਚ ਬਾਕੀ ਹਸਪਤਾਲਾਂ ਨਾਲੋਂ ਬਹੁਤ ਘੱਟ ਰੇਟਾਂ ਤੇ ਸਾਰੇ ਇਲਾਜ ਮਾਹਰ ਡਾਕਟਰਾਂ ਦੁਆਰਾ ਲੇਟੈਸਟ ਮਸ਼ੀਨਾਂ ਰਾਹੀਂ ਕੀਤੇ ਜਾਂਦੇ ਨੇ। ਇਹਨਾਂ 3 ਹਸਪਤਾਲਾਂ ਵਿੱਚ ਕਾਫੀ ਦਵਾਈਆਂ ਫ੍ਰੀ ਵੀ ਦਿੱਤੀਆਂ ਜਾਂਦੀਆਂ ਨੇ। 3 ਹੀ ਹਸਪਤਾਲਾਂ ਵਿੱਚ ਜਾਤ ਪਾਤ ਦੇ ਭੇਦਭਾਵ ਤੋਂ ਰਹਿਤ ਹਰ ਗਰੀਬ ਅਤੇ ਲੋੜਵੰਦ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ। ਇਹਨਾਂ ਹਸਪਤਾਲਾਂ ਦਾ ਮੁੱਖ ਮੰਤਵ ਵੀ ਹੈ ਜੋ ਜੀ ਆਏ ਸੋ ਰਾਜੀ ਜਾਏ। ਇੱਥੇ ਜ਼ਿਕਰਯੋਗ ਹੈ ਕਿ ਭਾਈ ਸਾਹਿਬ ਜੀ ਜਿੱਥੇ ਸਾਰੀਆਂ ਸੇਵਾਵਾਂ ਸੰਸਥਾ ਦੇ ਮੁੱਖ ਸੰਚਾਲਕ ਦੇ ਤੌਰ ਤੇ ਬਿਲਕੁਲ ਨਿਸ਼ਕਾਮ ਕਰ ਰਹੇ ਨੇ, ਉੱਥੇ ਉਹਨਾਂ ਦੀ ਉਪਜੀਵਿਕਾ ਦਾ ਸਾਧਨ ਆਪਣੀ ਖੁਦ ਦੀ ਕਿਰਤ ਹੈ। ਭਾਈ ਸਾਹਿਬ ਜੀ LIC ਕੰਪਨੀ ਵਿੱਚ ਇੰਸ਼ੋਰੈਂਸ ਐਡਵਾਈਜ਼ਰ ਦੇ ਤੌਰ ਤੇ ਕੰਮ ਕਰ ਰਹੇ ਨੇ। ਆਪ ਜੀ ਇਸ ਕੰਪਨੀ ਵਿੱਚ MD-RD ਦੀ ਡਿਗਰੀ ਪ੍ਰਾਪਤ ਕਰ ਚੁੱਕੇ ਨੇ ਜੋ ਕਿ ਲਾਈਫ ਇੰਸ਼ੋਰੈਂਸ ਦੇ ਖੇਤਰ ਵਿੱਚ ਬਹੁਤ ਵੱਡਾ ਮੁਕਾਮ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਇਸ ਪ੍ਰਾਪਤੀ ਤੋਂ ਬਾਅਦ ਆਪ ਜੀ ਹੈਲਥ ਇੰਸ਼ੋਰੈਂਸ ਦੇ ਖੇਤਰ ਵਿੱਚ ਹੀ ਦਾਖਲ ਹੋਏ ਨੇ। ਇਸ ਖੇਤਰ ਵਿੱਚ ਵੀ ਆਪ ਜੀ ਨੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਆਪਣੀ ਮਹੱਤਵਪੂਰਨ ਥਾਂ ਬਣਾਈ ਹੈ। ਘਰ ਗ੍ਰਸਤੀ ਚਲਾਉਣ ਵਾਸਤੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਇਹਨਾਂ ਕਿਰਤਾਂ ਰਾਹੀਂ ਬਹੁਤ ਚੰਗੀ ਆਮਦਨ ਪ੍ਰਾਪਤ ਹੋ ਰਹੀ ਹੈ। ਜੋ ਵੀ ਮਾਇਆ ਭਾਈ ਗੁਰਸ਼ਨ ਸਿੰਘ ਦੇ ਕੀਰਤਨ ਰਾਹੀਂ ਜਾਂ ਹੋਰ ਕਿਸੇ ਵੀ ਰੂਪ ਵਿੱਚ ਕਿਤੋਂ ਵੀ ਪ੍ਰਾਪਤ ਹੁੰਦੀ ਹੈ, ਉਸਦਾ ਇੱਕ ਇੱਕ ਦਮੜਾ ਆਪ ਜੀ ਦੀ ਅਮਾਨਤ ਸਮਝ ਕੇ ਇਹਨਾਂ ਸਾਰੀਆਂ ਸੇਵਾਵਾਂ ਵਿੱਚ ਵਰਤਿਆ ਜਾਂਦਾ ਹੈ। ਇਸ ਸੰਸਥਾ ਨੂੰ ਹਰ ਸਮੇਂ, ਹਰ ਘੜੀ, ਹਰ ਪਲ ਆਪ ਜੀ ਦੇ ਨਿੱਘੇ ਪਿਆਰ, ਸਹਿਯੋਗ ਅਤੇ ਅਸੀਸਾਂ ਦੀ ਲੋੜ ਹੈ ਜੀ। ਆਪ ਜੀ ਇਹਨਾਂ ਮਨੁੱਖਤਾ ਦੀਆਂ ਸੇਵਾਵਾਂ ਲਈ ਆਪਣਾ ਦਸਵੰਧ ਇਹਨਾਂ ਬੈਂਕ ਅਕਾਊਂਟਾਂ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਇਹ ਅਕਾਊਂਟ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਦੇ ਨਾਮ ਤੇ ਨੇ। ICICI ਬੈਂਕ ਅਕਾਊਂਟ ਨੰਬਰ 0642010000844, RTGS, NEFT, IFSC, ICIC 00
0062 ਦਸਵੰਧ ਜਮ੍ਹਾਂ ਕਰਾਉਣ ਸਮੇਂ ਇਹਨਾਂ ਫੋਨ ਨੰਬਰਾਂ ਤੇ ਆਪਣੇ ਨਾਮ ਅਤੇ ਪੂਰੇ ਪਤੇ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ ਤਾਂ ਕਿ ਆਪ ਜੀ ਦੁਆਰਾ ਭੇਜੀ ਗਈ ਮਾਇਆ ਦੀ ਰਸੀਦ ਅਤੇ ਸਨਮਾਨ ਆਪ ਜੀ ਨੂੰ ਭੇਜਿਆ ਜਾ ਸਕੇ। ਇਸ ਸੰਸਥਾ ਦੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਆਪ ਜੀ www.bhaidehsingji.com ਅਤੇ www.bhaigurshansingji.com ਤੇ ਵਿਜ਼ਿਟ ਕਰ ਸਕਦੇ ਹੋ। ਜੋ ਵੀ ਮਾਇਆ ਆਪ ਇਸ ਸੰਸਥਾ ਨੂੰ ਭੇਜਦੇ ਹੋ ਉਸ ਤੇ ਆਪ ਜੀ ਇਨਕਮ ਟੈਕਸ ਦੀ ਧਾਰਾ 80G ਦੇ ਅਧੀਨ ਛੂਟ ਪ੍ਰਾਪਤ ਕਰ ਸਕਦੇ।